ਯਾ ਪਰਵਰਦਿਗਾਰ ਹਰ ਲਮਹਾ ਮਾਫ਼ੀ ਦਾ ਮਤਲਬਗਾਰ ਬਿਸਮਿਲ੍ਲਾਹ ਰਹਿਮਾਨ ਰਹਿਮ ਕੁਝ ਸੱਚੀਆਂ ਅਤੇ ਕੁਝ ਕੌੜੀਆਂ ਗੱਲਾਂ ਦੇ ਨਾਲ ਤੁਹਾਡਾ ਭਾਈ ਤੁਹਾਡੀ ਖਿਦਮਤ 'ਚ ਹਾਜ਼ਰ ਅਤੇ ਸਲਾਮ ਅਰਜ਼ ਕਰਦਾ। ਅੱਜ ਜਿਸ ਵਕਤ ਸੁਬਹਾ ਤੁਸੀਂ ਵੀਡੀਓ ਦੇਖੋਗੇ ਉਸ ਵਕਤ ਜਿਹੜੀ ਸਭ ਤੋਂ ਬੜੀ ਖਬਰ ਹੈ, ਬਲਕਿ ਇਸ ਹਫ਼ਤੇ ਦੀ ਸਭ ਤੋਂ ਬੜੀ ਖਬਰ ਜਿਹੜੀ ਚੱਲੇਗੀ, ਉਹ ਪਾਕਿਸਤਾਨ ਤਹਿਰੀਕ ਇਨਸਾਫ਼ ਦਾ ਜਲਸਾ ਇਸਲਾਮਾਬਾਦ ਦੇ ਵਿੱਚ ਜਿਹੜਾ ਮੁਨਕਦ ਹੋ ਰਿਹਾ ਅੱਜ, ਔਰ ਉਹਦੇ ਵਾਸਤੇ ਤਗਦ ਆਓ ਪਾਕਿਸਤਾਨ ਤਹਿਰੀਕ ਇਨਸਾਫ਼ ਕੀ ਕਰ ਰਹੀ ਆ, ਔਰ ਹਕੂਮਤ ਪਾਕਿਸਤਾਨ ਕੀ ਕਰ ਰਹੀ ਆ, ਔਰ ਹਕੂਮਤ ਸਿੰਧ ਕੀ ਕਰ ਰਹੀ ਆ, ਪੰਜਾਬ ਕੀ ਕਰ ਰਿਹਾ ਵਾ, ਔਰ ਇਹਦੇ ਨਾਲ ਨਾਲ ਕੁਛ ਦੀਗਰ ਖਬਰਾਂ ਜਿਹੜੀਆਂ ਉਹ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਬਰਾਏ ਮਿਹਰਬਾਨੀ ਇੱਕ ਗੁਜ਼ਾਰਿਸ਼ ਕਰਨ ਲੱਗਾ ਕਿ ਜ਼ਰਾ ਫੇਸਬੁੱਕ ਵਾਲੇ ਮੇਰੇ ਦੋਸਤ ਜਿਹੜੇ ਆ ਉਹ ਯੂਟਿਊਬ ਦੇ ਉੱਤੇ ਜ਼ਰਾ ਥੋੜ੍ਹਾ ਜਿਹਾ ਟਾਈਮ ਦੇ ਦਿਆ ਕਰੋ। ਮੈਂ ਬਾਰਹਾਂ ਦਫ਼ਾ ਇਹ ਤੁਹਾਨੂੰ ਰਿਕੁਐਸਟ ਕਰ ਚੁੱਕਿਆ ਇਸ ਵਾਸਤੇ ਕਿ ਇਸ ਵਕਤ ਜਿਹੜਾ ਮੇਰਾ ਚੈਨਲ ਆ ਉਹਦੇ 'ਤੇ ਮੈਨੂੰ ਜ਼ਰੂਰਤ ਆ ਯੂਟਿਊਬ 'ਤੇ। ਪਹਿਲਾਂ ਜਿਹੜਾ ਮੇਰਾ ਫੇਸਬੁੱਕ ਪੇਜ ਸੀ ਉਹ ਬਲਾਕ ਹੋ ਗਿਆ, ਔਰ ਉਹ ਜਿਸ ਵਜ੍ਹਾ ਤੋਂ ਹੋਇਆ ਉਹ ਵੀ ਤੁਹਾਨੂੰ ਪਤਾ। ਇਸ ਵਕਤ ਜਿਹੜੀ ਯੂਟਿਊਬ ਦੇ ਉੱਤੇ ਮੇਰੀ ਜ਼ਰੂਰਤ ਆ, ਇਹਨੇ 'ਤੇ ਥੋੜ੍ਹੀ ਜਿਹੀ ਤਵੱਜੋ ਦੇਣ ਦੀ ਕੋਸ਼ਿਸ਼ ਕਰੋ। ਬਾਕੀ ਚਲੋ ਬਾਹਰ ਹਾਲ ਕੇ ਆਪਣੀ ਖਬਰਾਂ ਦੀ ਤਰਫ ਚੱਲਦੇ ਹਾਂ। ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਬਾਨੀ ਚੇਅਰਮੈਨ ਇਮਰਾਨ ਖਾਨ ਸਾਹਿਬ ਨੇ 22 ਤਾਰੀਖ ਦਾ ਇੱਕ ਜਲਸਾ ਸੀ ਜਿਹੜਾ ਪੂਰੇ ਪਾਕਿਸਤਾਨ ਨੂੰ ਇਸ ਵਕਤ ਖਬਰ ਆ ਕਿ ਉਹ ਕਿਸ ਤਰ੍ਹਾਂ ਜਿਹੜਾ ਵਾ ਉਹ ਕੈਂਸਲ ਹੋਇਆ ਸੀ, ਉਹਦੇ ਵਿੱਚ ਕੀ ਵਜੂਹਾਤ, ਉਹਦੇ 'ਤੇ ਮੈਂ ਵੀਡੀਓ ਵੀ ਕੀਤੀ ਸੀ। ਆਜ਼ਮ ਸਵਾਤੀ ਸਾਹਿਬ ਔਰ ਬਰਿਸਟਰ ਗੌਹਰ ਸਾਹਿਬ ਜੇਲ੍ਹ ਦੇ ਵਿੱਚ ਗਏ ਸੀ ਜਾਂ ਕੀ ਕੀਤਾ ਸੀ। ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਨੇ ਉਸ ਦਿਨ ਖਤਮੇ ਨਬੂਆ ਦਾ ਇਹਤਜਾਜ ਸੀ ਸੁਪਰੀਮ ਕੋਰਟ ਦੇ ਅੰਦਰ, ਜਿਹਦੀ ਵਜ੍ਹਾ ਨਾਲ ਇਮਰਾਨ ਖਾਨ ਸਾਹਿਬ ਨੇ ਕੁਛ ਜਿਹੜੇ ਖਦਸ਼ਾ ਸੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਜਲਸਾ ਮੁਲਤਵੀ ਕੀਤਾ ਸੀ, ਔਰ ਕੁਛ ਲੋਕ ਜਿਹੜੇ ਸੀ ਉਹਨਾਂ ਨੇ ਮੁਲਾਕਾਤ ਕੀਤੀ ਸੀ। ਸੁਬਹਾ 7 ਵਜੇ ਗੇਟ ਖੁੱਲਿਆ ਅਡਿਆਲਾ ਜੇਲ੍ਹ ਦਾ ਗੇਟ ਖੁੱਲਿਆ। ਗੇਟ ਖੁੱਲ੍ਹਣ ਤੋਂ ਬਾਅਦ ਆਜ਼ਮ ਸਵਾਤੀ ਸਾਹਿਬ ਔਰ ਬ੍ਰਿਸਟਰ ਗੌਹਰ ਸਾਹਿਬ ਨਜਾਨੇ ਆਜ਼ਮ ਸਵਾਤੀ ਸਾਹਿਬ ਕਿੰਨੇ ਜਿਹੜੇ ਆ ਉਹ ਹੋ ਕੇ ਗਏ ਸੀ ਇਹ ਅੱਜ ਤੱਕ ਮਾਲੂਮ ਨਹੀਂ ਹੋ ਸਕਿਆ। ਔਰ ਪਾਕਿਸਤਾਨ ਦੀ ਮੌਜੂਦਾ ਹਕੂਮਤ ਜਿਹੜੀ ਆ ਇਹ ਸੁਰਾਗ ਲਗਾਉਣ 'ਚ ਹਜੇ ਤੱਕ ਨਾਕਾਮ ਰਹੀ ਆ ਕਿ ਕਿੰਨੇ ਗੇਟ ਖੁਲਾਇਆ, ਕੌਣ ਗਿਆ ਅਤੇ ਕਿੰਨੇ ਇਹ ਸਾਰਾ ਕੰਮ ਕੀਤਾ, ਕਿੰਨੇ ਮੁਲਾਕਾਤ ਕੀਤੀ, ਕਿ ਉਹ ਜਿਸ ਦਿਨ ਦਾ ਇਮਰਾਨ ਖਾਨ ਸਾਹਿਬ ਨਾਲ ਮੁਲਾਕਾਤ ਹੋਈ ਆ ਉਸ ਤੋਂ ਬਾਅਦ ਪਾਕਿਸਤਾਨ ਦੀ ਮੌਜੂਦਾ ਜਿਹੜੀ PDM ਹਕੂਮਤ ਆ ਜਿਹੜੀ ਇਸ ਵਕਤ 3 ਜਮਾਤਾਂ ਬਰਸਰ ਇਕਤਦਾਰ ਇਹਨਾਂ ਨੂੰ ਪਰੇਸ਼ਾਨੀ ਲਾਹਕ ਹੋ ਗਈ ਆ ਕਿ ਕਿਤੇ ਉਹ ਕੰਮ ਨਾ ਹੋਵੇ ਕਿ ਜਿਸ ਤਰ੍ਹਾਂ ਇਮਰਾਨ ਖਾਨ ਸਾਹਿਬ ਦੇ ਨਾਲ ਹੋਇਆ ਸੀ ਕਿ ਅਸੀਂ ਗੁਜਰਾਂਵਾਲਾ ਔਰ ਦੀਗਰ ਸ਼ਹਿਰਾਂ ਦੇ ਵਿੱਚ ਜਿਹੜਾ ਬਿਆਨੀਆਂ ਉਪੜਾਉਂਦੇ ਰਹੇ, ਪਾਕਿਸਤਾਨ ਦੇ ਜਿਹੜਾ ਮੁਜ਼ਲ ਤਰੀਨ ਅਦਾਰਾ ਉਹਦੇ ਖਿਲਾਫ਼ ਅਸੀਂ ਜੋ ਜ਼ਬਾਨ ਇਸਤੇਮਾਲ ਕਰਦੇ ਰਹੇ, ਲੇਕਿਨ ਫਿਰ ਉਹ ਡਿੱਗੀ ਵਾਲੀ ਕਹਾਣੀ ਅਤੇ ਬਾਕੀ ਸਾਰੀ ਕਹਾਣੀਆਂ ਜਿਹੜੀਆਂ ਬਿਆਨ ਕੀਤੀਆਂ ਮੁਖਤਲਿਫ ਪਾਕਿਸਤਾਨ ਮੁਸਲਿਮ ਲੀਗ ਦੇ ਰਹਿਨੁਮਾਵਾਂ ਨੇ, ਜਿਹਦੇ ਵਿੱਚ ਜ਼ੁਬੈਰ ਉਮਰ ਸਾਹਿਬ ਔਰ ਖਾਜਾ ਆਸਫ ਸਾਹਿਬ ਵੀ ਆ ਔਰ ਦੀਗਰ ਲੋਕ ਸ਼ਾਮਿਲ ਆ, ਔਰ ਉਹ ਜਿਹੜੀ ਕਹਾਣੀ ਜਿਹੜੀ ਉਹ ਫਿਰ ਬਿਆਨ ਹੋਈ ਕਿ ਕਿਸ ਤਰ੍ਹਾਂ ਜਿਹੜੇ ਮਾਮਲਾਤ ਤੈਅ ਹੋਏ ਐਕਸਟੈਂਸ਼ਨ ਦੇ, ਕਿਸ ਤਰੀਕੇ ਨਾਲ ਮਾਮਲਾ ਜਿਹੜੇ ਆ ਵੋਟ ਦਿੱਤਾ ਗਿਆ, ਕਿਸ ਤਰੀਕੇ ਨਾਲ ਨਵਾਜ਼ ਸ਼ਰੀਫ ਸਾਹਿਬ ਨੂੰ ਜਿਹੜੀ ਲੈਵਲ ਪਲੇਇੰਗ ਫੀਲਡ ਮਿਲੀ, ਔਰ ਕਿਸ ਤਰ੍ਹਾਂ ਬਾਇਓਮੈਟ੍ਰਿਕ ਮਸ਼ੀਨ ਜਿਹੜੀ ਆ ਇਸਲਾਮਾਬਾਦ ਏਅਰਪੋਰਟ 'ਤੇ ਚੱਲ ਕੇ ਗਈ, ਇਹ ਸਾਰਾ ਕਹਾਣੀ ਜਿਹੜੀ ਚੱਲੀ ਆ। ਲੇਕਿਨ ਦੂਸਰੀ ਤਰਫ ਜਿਹੜਾ ਬਿਆਨੀਆ ਜਿਹੜਾ ਉਹ ਬਿਆਨ ਬਣਾਇਆ ਗਿਆ ਸੀ ਕਿ ਅਸੀਂ ਮੁਫਾਹਮਤ ਦੀ ਬਜਾਏ ਮਜ਼ਹਮਤ ਜਿਹੜੀ ਆ ਉਹ ਅਖਤਿਆਰ ਕਰ ਲਈ ਆ, ਔਰ ਫਿਰ ਉਹਦਾ ਨਤੀਜਾ ਨਿਕਲਿਆ। ਜੋ ਇਨਸਾਨ ਕਾਰੋਬਾਰ ਕਰਦਾ ਉਹ ਆਪਣੇ ਤਜਰਬੇ ਤੋਂ ਹੀ ਸਿੱਖਦਾ, ਹੋ ਸਕਦਾ ਇਸ ਵਕਤ ਜੋ ਤੁਹਾਨੂੰ ਨਜ਼ਰ ਆ ਰਿਹਾ ਉਹ ਇਹਨਾਂ ਨੂੰ ਸਾਨੂੰ ਉਹ ਮਹਿਸੂਸ ਨਾ ਹੋ ਰਿਹਾ। ਅਸੀਂ ਇਹ ਸੋਚ ਰਹੇ ਹੋਈਏ ਕਿ ਕੁਛ ਜਿਹੜੇ ਮਾਮਲਾਤ ਆ ਉਹ ਸਖ਼ਤ ਤਰੀਨ ਹੋ ਰਹੇ, ਲੇਕਿਨ ਪਿੱਛੇ ਜਿਹੜਾ ਮਾਮਲਾਤ ਕੁਛ ਹੋਰ ਹੁੰਦੇ ਜਾ ਰਹੇ ਆ, ਇਹ ਖੌਫ ਇਹਨਾਂ ਨੂੰ ਜ਼ਰੂਰ ਆ, ਔਰ ਉਹਦੇ ਤਹਿਤ ਹੀ ਇਹ ਜਿਹੜਾ ਵਾ ਇਹਨਾਂ ਨੇ ਮਾਮਲਾਤ ਜਿਹੜੇ ਆ, ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਸੀ ਕਿ ਪਾਕਿਸਤਾਨ ਤਹਿਰੀਕ ਇਨਸਾਫ਼ ਨਾਲ ਮੁਜ਼ਾਕਰਾਤ ਕਰੋ, ਜੇ ਨਹੀਂ ਤੁਹਾਨੂੰ ਇੱਕ ਲਫ਼ਜ਼ ਨਵਾਜ਼ ਸ਼ਰੀਫ ਸਾਹਿਬ ਦਾ ਯਾਦ ਹੋਣਾ, ਯੇ ਮੂੰਹ ਔਰ ਮਸੂਰ ਕੀ ਦਾਲ, ਅਤੇ ਉਹ ਇਹ ਲਫ਼ਜ਼ ਇਮਰਾਨ ਖਾਨ ਸਾਹਿਬ ਦੇ ਮੁਤਲਕ ਕਿਹਾ ਗਿਆ ਸੀ। ਔਰ ਅੱਜ ਨਵਾਜ਼ ਸ਼ਰੀਫ ਸਾਹਿਬ ਇਹ ਗੱਲ ਆਪਣੇ ਜਿਹੜੇ ਲੋਕ ਆ ਉਹਨਾਂ ਨੂੰ ਕਹਿੰਦੇ ਕਿ ਪਾਕਿਸਤਾਨ ਦੀ ਖਾਤਰ ਤਮਾਮ ਸਿਆਸੀ ਲੋਕ ਮਿਲ ਬੈਠਣ, ਪਾਕਿਸਤਾਨ ਦੇ ਤਮਾਮ ਜਿਹੜੇ ਅਦਾਰੇ ਸਮਝ ਲਓ ਉਹ ਵੀ ਮਿਲ ਕੇ ਬੈਠ ਕੇ ਜਿਹੜਾ ਮੁਫਾਹਮਤ ਦਾ ਰਸਤਾ ਅਖਤਿਆਰ ਕਰੋ।
ਇਹ 2.5 ਸਾਲ ਤੇ 3.5 ਸਾਲ ਦੇ ਅੰਦਰ ਜਿਹੜੀ ਮੁਫਾਹਮਤ ਹੋਈ ਆ ਉਹ ਆਵਾਮ ਨੂੰ ਅਜ਼ਬਰ ਯਾਦ ਹੋ ਗਈ। ਜੋ ਕੁਛ ਹੋਇਆ ਜਾਂ ਹੋ ਰਿਹਾ ਹੁਣ ਤੱਕ ਉਹ ਵੀ ਆਵਾਮ ਨੂੰ ਯਾਦ ਆ, ਲੇਕਿਨ ਉਹ ਮੁਫਾਹਮਤ ਜਿਹੜੀ ਆ ਇਮਰਾਨ ਖਾਨ ਸਾਹਿਬ ਨੇ ਕਿਹਾ ਸੀ ਕਿ ਮੁਫਾਹਮਤ ਹੁੰਦੀ ਨਜ਼ਰ ਆਏ। ਔਰ ਉਸ ਤੋਂ ਬਾਅਦ ਫਿਰ ਜਦੋਂ ਇਮਰਾਨ ਖਾਨ ਸਾਹਿਬ ਦਾ ਜਿਹੜਾ ਮਾਮਲਾ ਜਿਹੜਾ 22 ਤਾਰੀਖ ਦਾ ਜਲਸਾ ਕੈਂਸਲ ਹੋਇਆ ਸੀ, ਉਹ ਤੋਂ ਬਾਅਦ ਫਿਰ DGISPR ਸਾਹਿਬ ਜਿਹੜੇ ਆ ਉਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਆਈ, ਉਹ ਤੋਂ ਬਾਅਦ ਕੋਰ ਕਮਾਂਡਰ ਸਾਹਿਬਾਂ ਦਾ ਅਜਲਾਸ ਜਨਾਬ ਆਰਮੀ ਚੀਫ ਸਾਹਿਬ ਦੀ ਜ਼ੇਰ ਸਦਾਰਤ ਹੋਇਆ। ਉਹਦੇ ਵਿੱਚ ਵੀ ਜਿਹੜਾ ਵਾ ਉਹ ਕੁਛ ਲਫ਼ਜ਼ ਜਿਹੜੇ ਪਿਛਲੇ ਜਿਹੜੇ ਆ ਉਹ ਇਸਤੇਮਾਲ ਨਹੀਂ ਕੀਤੇ ਗਏ, ਔਰ ਇਹਦੀ ਵਜ੍ਹਾ ਦੇ ਨਾਲ ਇਹਨਾਂ ਨੂੰ ਹੋਰ ਖੁਟਕਾ ਪੈ ਗਿਆ। ਔਰ ਇਹਦੇ ਨਾਲ ਨਾਲ ਇੱਕ ਖਬਰ ਜਿਹੜੀ ਅੱਗੇ ਚੱਲ ਕੇ ਮੈਂ ਡਿਸਕਸ ਕਰਾਂਗਾ, ਜਨਾਬ ਖਾਕਾਨ ਅਬਾਸੀ ਸਾਹਿਬ ਚੌਧਰੀ ਨਸਾਰ ਅਲੀ ਖਾਨ ਸਾਹਿਬ ਜਿਹੜੇ ਆ ਉਹ ਐਕਟਿਵ ਹੋਏ ਆ ਮਜ਼ਾਕਰਾਤ ਕਰਵਾਉਣ ਦੇ ਵਿੱਚ ਜਾਂ ਮਾਮਲਾਤ ਨੂੰ ਅਫਾਮੋ ਤਫੀਮ ਨਾਲ ਹੱਲ ਕਰਨ ਦੇ ਨਾਲ। ਇਹਦੇ ਨਾਲ ਨਾਲ ਮੁਹੰਮਦ ਅਲੀ ਦੁਰਾਨੀ ਸਾਹਿਬ, ਇਸੇ ਤਰ੍ਹਾਂ ਹੀ ਹਾਮਦ ਮੀਰ ਸਾਹਿਬ ਔਰ ਕੁਛ ਹੋਰ ਲੋਕ ਆ ਜਿਹਨਾਂ ਦੀ ਇੱਕ ਲਿਸਟ ਆ ਪੂਰੀ ਤਿਆਰ ਕੀਤੀ ਗਈ ਆ ਕਿ ਇਹ ਮੁਫਾਹਮਤ ਦਾ ਰੋਲ ਅਦਾ ਕਰਨ, ਜਿਹੜੀ ਕੋਇਟਾ ਦੇ ਅੰਦਰ ਸੂਰਤ ਹਾਲ ਆ, ਜਿਹੜਾ ਪਾਕਿਸਤਾਨ ਤਹਿਰੀਕੇ ਸਾਹਿਬ ਦੇ ਨਾਲ ਸੂਰਤ ਹਾਲ ਆ, ਇਹਨਾਂ ਮਾਮਲਾਤ ਨੂੰ ਹੱਲ ਕੀਤਾ ਜਾਵੇ ਔਰ ਊਠ ਨੂੰ ਕਿਸੇ ਕਰਵਟ ਬਿਠਾਇਆ ਜਾਵੇ ਤਾਂ ਕਿ ਉਹ ਬਹਿ ਜਾਵੇ ਅਤੇ ਪਾਕਿਸਤਾਨ ਦੀ ਮੋਸ਼ਨ ਜਿਹੜੀ ਅੱਗੇ ਚੱਲਣਾ ਸ਼ੁਰੂ ਹੋ ਜਾਵੇ। ਚਾਈਨਾ ਦੇ ਵਜ਼ੀਰ ਆਜ਼ਮ ਵੀ ਪਾਕਿਸਤਾਨ 'ਚ ਬਹੁਤ ਸਾਲਾਂ ਤੋਂ ਬਾਅਦ ਆ ਰਹੇ ਆ, ਕਿਆ ਉਹ ਆ ਰਹੇ ਜਾਂ ਨਹੀਂ ਆ ਰਹੇ ਪਤਾ ਚੱਲੇ ਕਿ ਕਿਸ ਉਹ ਕਿਸ ਵਜ੍ਹਾ ਤੋਂ ਆ ਰਹੇ ਆ। ਇਸ ਵਜ੍ਹਾ ਨਾਲ ਹਜੇ ਉਹਦੇ 'ਤੇ ਕੋਈ ਤਬਸਰਾ ਕਰਨਾ ਜਿਹੜਾ ਉਹ ਠੀਕ ਨਹੀਂ, ਲੇਕਿਨ ਜੋ ਸੂਰਤ ਹਾਲ ਇਸ ਵਕਤ ਜਲਸੇ ਦੀ ਤਾਜ਼ਾ ਤਰੀਨ ਜਿਸ ਵਕਤ ਮੈਂ ਵੀਡੀਓ ਕਰ ਰਿਹਾ ਉਸ ਵਕਤ ਇਹ ਆ ਕਿ ਰਾਤ ਦੀ ਵੀ ਇਤਲਾਹ ਤੁਹਾਨੂੰ ਪਹੁੰਚ ਚੁੱਕੀਆਂ ਹੋਣੀਆਂ। ਮੈਂ ਵੀ ਜਿਹੜੀ ਵੀਡੀਓ ਕਰ ਰਿਹਾ ਇਹਦੇ ਵਿੱਚ ਵੀ ਤੁਹਾਨੂੰ ਇਹ ਦੱਸਦਾ ਕਿ ਜਿਸ ਵਕਤ ਤੱਕ ਮੈਂ ਵੀਡੀਓ ਕਰ ਰਿਹਾ ਉਸ ਵਕਤ ਤੱਕ ਜਿਹੜੀ ਸੂਰਤ ਹਾਲ ਉਹ ਇਹ ਆ ਕਿ ਆਵਾਮ ਜਿਹੜੀ ਆ ਉਹ ਪਹੁੰਚਣਾ ਸ਼ੁਰੂ ਹੋ ਗਈ ਆ, ਕਾਫਲੇ ਜਿਹੜੇ ਆ ਉਹ ਕੋਇਟਾ ਬਲੋਚਿਸਤਾਨ ਔਰ KTK ਔਰ ਉਸ ਤੋਂ ਇਲਾਵਾ ਜਿਹੜੇ ਪਾਰਾ ਚਨਾਰ ਗਿਲਗਤ ਬਲਕਿਸਤਾਨ ਆਜ਼ਾਦ ਕਸ਼ਮੀਰ ਸਿੰਧ ਉੱਥੋਂ ਹਲੀਮ ਅਦਲ ਸ਼ੇਖ ਸਾਹਿਬ ਦੀ ਕਿਆਦਤ 'ਚ ਜਿਹੜਾ ਇੱਕ ਬੜਾ ਕਾਫਲਾ ਜਿਹੜਾ ਉਹ ਕੱਲ੍ਹ ਤਾਂ ਚੱਲਿਆ ਹੋਇਆ ਵਾ। ਇਸੇ ਤਰ੍ਹਾਂ ਹੀ ਬਾਕੀ ਲੋਕ ਆ ਅਲੀ ਮੀਨ ਗੰਡਾਪੁਰ ਸਾਹਿਬ ਜਿਹੜੇ ਆ ਉਹ ਆਪਣਾ ਕਾਫਲਾ ਲੈ ਕੇ ਆਉਣਗੇ। ਔਰ ਇਸ ਵਕਤ ਜਿਹੜੀ ਪੁਲਿਸ ਆ ਉਹਦੀ ਕਸ਼ੀਦਗੀ ਜਿਹੜੀ ਆ ਕਿਸੇ ਵਕਤ ਤੇਜ਼ ਹੋ ਜਾਂਦੀ, ਕਿਸੇ ਵਕਤ ਨਰਮ ਹੋ ਜਾਂਦੀ ਆ। ਸਾਊਂਡ ਸਿਸਟਮ ਜਿਹੜਾ ਉਹਨੂੰ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਆ। ਗਰਾਊਂਡ ਵੀ ਜਿਹੜਾ ਉਹ ਪਹਿਲੇ ਤਬਦੀਲ ਕੀਤਾ ਗਿਆ, ਦੂਸਰੀ ਜਗ੍ਹਾ 'ਤੇ ਕੀਤਾ ਗਿਆ। ਇਹਨਾਂ ਨੇ ਉਹਨੂੰ ਵੀ ਆਮੀਨ ਕੀਤਾ, ਇਹਨਾਂ ਨੇ ਕਿਹਾ ਕੋਈ ਅਸੀਂ ਹਰਕਤ ਨਹੀਂ ਕਰਨੀ ਜਿਹਦੀ ਵਜ੍ਹਾ ਦੇ ਨਾਲ ਜਿਹੜਾ ਅਸੀਂ ਕਾਨੂੰਨ ਦੀ ਗ੍ਰਿਫਤ 'ਚ ਆਈਏ। ਪਕੜ ਦਕੜ ਔਰ ਜਿਹੜਾ ਵਾ ਮਾਮਲਾਤ ਰਸਤੇ ਬਲਾਕ ਕਰਨ ਵਾਲਾ ਮਾਮਲਾ ਉਹ ਜਿਹੜਾ ਉਹ ਜਾਰੀ ਆ, ਬਦਸਤੂਰ ਜਾਰੀ ਆ। ਪੰਜਾਬ ਦੇ ਰਸਤੇ ਬਲਾਕ ਕੀਤੇ ਗਏ ਆ, ਜਿਹੜਾ ਇਸਲਾਮਾਬਾਦ ਮੁਕੰਮਲ ਤੌਰ 'ਤੇ ਕੰਟੇਨਰਾਂ ਨਾਲ ਬੰਦ ਕਰ ਦਿੱਤਾ ਗਿਆ। ਜਿਹੜੇ ਰਸਤੇ ਸ਼ਾਰਟ ਤਰੀਨ ਸੀ ਉਹਨਾਂ ਸ਼ਾਰਟ ਰਸਤਿਆਂ ਨੂੰ ਜਿਹੜਾ ਵਾ ਉਹਨਾਂ ਨੂੰ ਬਲਾਕ ਕੀਤਾ ਗਿਆ। ਜਿਹੜੇ ਲੰਬੇ ਰਸਤੇ ਆ ਤਾਂ ਕਿ ਲੋਕਾਂ ਨੂੰ ਤਕਲੀਫ ਹੋਵੇ ਉਹਦੇ ਵਾਸਤੇ ਜਿਹੜਾ ਵਾ ਇੰਤਜ਼ਾਮਾਤ ਜਿਹੜੇ ਉਹ ਕੀਤੇ ਗਏ ਆ। ਅਦਾਲਤੀ ਹੁਕਮ ਇੱਕ ਆ ਚੁੱਕਿਆ ਜਿਹੜਾ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਹੱਕ ਦੇ ਵਿੱਚ ਕਿ ਤੁਸੀਂ ਇਹਨਾਂ ਨੂੰ ਤੰਗ ਨਾ ਕਰੋ, ਇਹ ਆਪਣਾ ਜਿਹੜਾ ਆਜ਼ਾਦਾਨਾ ਜਿਹੜਾ ਜਲਸੇ ਦਾ ਹੱਕ ਆ ਉਹ ਰੱਖਦੇ ਆ, ਜਲਸਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸੁਬਹਾ ਸੁਬਹਾ ਮੌਜੂਦ ਅਦਲੀਆ ਨੂੰ ਇੱਕ ਰਿਲੀਫ ਮਿਲਿਆ, ਕਿਉਂ ਇਹ ਜਲਸੇ ਦੀ ਇਜਾਜ਼ਤ ਵੀ ਜਿਹੜੀ ਆ ਮੌਜੂਦ ਅਦਲੀਆ ਦੇ ਕਹਿਣ 'ਤੇ ਮਿਲੀ ਸੀ, ਔਰ ਦੂਸਰਾ 22 ਤਰੀਕ ਨੂੰ ਜਿਹੜਾ ਗੇਟ ਖੋਲ੍ਹਿਆ ਸੀ ਉਹ ਤੋਂ ਬਾਅਦ ਮਿਲੀ ਸੀ। ਆਜ਼ਮ ਸਵਾਤੀ ਸਾਹਿਬ ਜਿਹੜੇ ਆ ਕੱਲ੍ਹ ਜਿਸ ਵਕਤ ਇਹ ਸਮਾਨ ਚੁੱਕਿਆ ਗਿਆ, ਜਿਹੜਾ ਸਾਊਂਡ ਸਿਸਟਮ ਦਾ ਮਾਲਕ DJ ਉਹਦਾ ਸਮਾਨ ਜਿਹੜਾ ਚੁੱਕਿਆ ਗਿਆ ਔਰ ਕੰਟੇਨਰ ਜਿਹੜੇ ਉਹ ਥਾਣੇ ਲਿਜਾ ਕੇ ਬੰਦ ਕੀਤਾ ਗਿਆ। ਉਸ ਤੋਂ ਬਾਅਦ ਇਮਰਾਨ ਖਾਨ ਸਾਹਿਬ ਦਾ 4 ਵਜੇ ਇੱਕ ਪੈਗਾਮ ਆਜ਼ਮ ਸਵਾਤੀ ਸਾਹਿਬ ਨੂੰ ਕਿਸੇ ਤਰੀਕੇ ਨਾਲ ਵੀ ਪਹੁੰਚਿਆ ਕਿ ਤੁਸੀਂ ਪ੍ਰੈਸ ਕਾਨਫਰੰਸ ਕਰੋ ਔਰ ਉਹ ਤਮਾਮ ਹਕਾਇਕ ਜਿਹੜੇ ਆ ਉਹ ਬਿਆਨ ਕਰ ਦਿਓ, ਜਿਹੜੇ ਉਸ ਦਿਨ 22 ਤਰੀਕ ਨੂੰ ਜਿਹਨਾਂ ਜਿਹਨਾਂ ਲੋਕਾਂ ਨੇ ਗਰੰਟੀ ਦਿੱਤੀ ਸੀ ਕਿ ਪਾਕਿਸਤਾਨ ਤਹਿਰੀਕੇ ਇਨਸਾਫ ਨੂੰ ਜਲਸਾ ਜਿਹੜਾ 8 ਸਤੰਬਰ ਨੂੰ ਕਰਨ ਦੀ ਮੁਕੰਮਲ ਇਜਾਜ਼ਤ ਦਿੱਤੀ ਜਾਏਗੀ, ਉਹਦੇ 'ਤੇ ਆਜ਼ਮ ਸਵਾਤੀ ਸਾਹਿਬ ਨੇ ਜਿਹੜਾ ਵਾ ਸਟੇਟਮੈਂਟ ਦਿੱਤੀ ਆ। ਔਰ ਉਹ ਤੋਂ ਬਾਅਦ ਫਿਰ ਜਿਹੜਾ ਵਾ ਜ਼ਮੀਨ ਜ਼ਰਾ ਹਿੱਲੀ ਆ, ਥੋੜ੍ਹਾ ਜਿਹਾ ਰਿਲੀਫ ਮਿਲਿਆ ਵਾ। ਪਾਕਿਸਤਾਨ ਤਹਿਰੀਕੇ ਇਨਸਾਫ ਦਾ ਸਮਾਨ ਉੱਥੇ ਕੋਈ ਪਹੁੰਚਣਾ ਸ਼ੁਰੂ ਹੋਇਆ, ਫਿਰ ਵਕਤ ਤੱਕ ਜਿਹੜਾ ਸਾਊਂਡ ਸਿਸਟਮ ਨਹੀਂ ਲਾਣ ਦਿੱਤਾ ਗਿਆ, ਅਲੀ ਮੀਨ ਗੰਡਾਪੁਰ ਸਾਹਿਬ ਆਪਣਾ ਸਾਊਂਡ ਸਿਸਟਮ ਲੈ ਕੇ ਆ ਰਹੇ ਆ। ਔਰ ਜਿਸ ਤਰੀਕੇ ਨਾਲ ਆਵਾਮ ਆ ਰਹੀ ਆ, ਔਰ ਅਗਰ ਜੋ ਸਵਾਬੀ ਦਾ ਜਲਸਾ ਹੋਇਆ ਸੀ ਅਗਰ ਉਹਨੂੰ ਦੇਖਿਆ ਜਾਏ, ਅਗਰ ਸਾਊਂਡ ਸਿਸਟਮ ਪ੍ਰੋਪਰ ਨਾ ਹੋਇਆ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਲਸੇ ਦੀ ਜਿਹੜੀ ਕਾਰਵਾਈ ਉਹ ਤੋਂ ਮਹਿਰੂਮ ਰਹਿ ਜਾਣਗੇ। ਔਰ ਉਸ ਤੋਂ ਬਾਅਦ ਜਿਹੜਾ ਵਿਗਿਆਨੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਆਵਾਮ ਨਹੀਂ ਆਈ।
ਪਾਕਿਸਤਾਨ ਤਹਿਰੀਕ ਇਨਸਾਫ਼ ਉਹਦਾ ਕੋਈ ਲਾਹੇ ਅਮਲ ਦੂਸਰਾ ਅਖਤਿਆਰ ਕਰ ਰਹੀ ਆ। ਸਿੰਧ ਦੇ ਅੰਦਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ, ਪੰਜਾਬ ਦੇ ਅੰਦਰ ਜਿਹੜੀਆਂ ਵਾ ਉਹ ਖੁਫੀਆ ਤੌਰ 'ਤੇ ਕਰ ਰਹੇ ਹੋਣ, ਲੇਕਿਨ ਮੰਦਰਿਆਮ 'ਤੇ ਹਜੇ ਜਿਹੜਾ ਵਾ ਮਾਮਲਾਤ ਨਹੀਂ ਹੋਏ। ਲਾਹੌਰ ਦੇ ਅੰਦਰ ਜਿਹੜਾ ਵਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਇਹਨਾਂ ਨੇ ਨੀਵਾਂ ਦਾ ਲਾਇਆ ਅਤੇ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦਾ ਜਲਸਾ ਸੀ ਲਾਹੌਰ ਦੇ ਅੰਦਰ, ਪਾਕਿਸਤਾਨ ਤਹਿਰੀਕ ਇਨਸਾਫ਼ ਨੇ ਮੌਲਾਨਾ ਸਾਹਿਬ ਦੇ ਝੰਡੇ ਫੜੇ ਅਤੇ ਮੌਲਾਨਾ ਸਾਹਿਬ ਦੇ ਕੁੜਤੇ ਪਾਏ, ਮੌਲਾਨਾ ਸਾਹਿਬ ਦੇ ਕੁੜਤੇ ਪਾ ਕੇ ਅਤੇ JUI ਦੇ ਜਿਹੜੇ ਕਾਰਕੁਨ ਬਣ ਕੇ ਮੌਲਾਨਾ ਸਾਹਿਬ ਦੀ ਜਮਾਤ ਦੇ ਨਾਲ ਨਿਕਲੇ ਅਤੇ ਲਾਹੌਰੋਂ ਨਿਕਲਣ ਕੀਤੀ ਤਾਂ ਉਹ ਲਾਹੌਰੋਂ ਨਿਕਲਦੇ ਹੋਏ ਅੱਗੇ ਅੱਗੇ ਪਹੁੰਚਦੇ ਗਏ, ਸਹਾਰਾ ਮੌਲਾਨਾ ਸਾਹਿਬ ਦਾ ਲੈ ਲਿਆ ਅਤੇ ਨੀਵਾਂ ਦਾ ਲਾ ਕੇ ਨਿਕਲ ਗਏ। ਕਸ਼ਮਕਸ਼ ਮੁਕੰਮਲ ਤੌਰ 'ਤੇ ਜਾਰੀ ਆ। ਪਾਕਿਸਤਾਨ ਤਹਿਰੀਕ ਇਨਸਾਫ਼ ਦੇ ਲੋਕ ਦਾਅਵਾ ਕਰ ਰਹੇ ਕਿ ਹੈਰਾਨਕੁਨ ਤਰੀਕੇ ਨਾਲ ਲੋਕ ਆਉਣਗੇ। ਆਜ਼ਮ ਸਵਾਤੀ ਸਾਹਿਬ ਜਿਹੜੇ ਆ ਉਹਨਾਂ ਨੇ ਆਪਣੇ ਆਵਾਮ ਨੂੰ ਅਪੀਲ ਕੀਤੀ। ਅਲੀ ਮੀਨ ਗੰਡਾਪੁਰ ਸਾਹਿਬ ਨੇ ਕਿਹਾ ਕਿ ਹਰ ਰੁਕਾਵਟ ਜਿਹੜੀ ਆ ਉਹ ਦੂਰ ਕਰਤੀ ਜਾਏਗੀ। ਸਲਾਰ ਖਾਨ ਕਾਕੜ ਜਿਹੜਾ ਉਹ ਆਪਣਾ ਜਿਹੜਾ ਵਾ ਕਾਰਵਾਂ ਇੱਕ ਲੈ ਕੇ ਚੱਲਿਆ ਹੈ, ਹਲੀਮ ਆਦਮ ਸ਼ੇਖ ਆਪਣਾ ਕਾਰਵਾਂ ਲੈ ਕੇ ਚੱਲਿਆ ਹੈ, ਜ਼ਰਤਾਜ ਗੁਲ ਆਪਣਾ ਕਾਰਵਾਂ ਲੈ ਕੇ ਚੱਲੀ। ਇਸੇ ਤਰ੍ਹਾਂ ਹਰ ਜਗ੍ਹਾ ਤੋਂ ਆਪਣਾ ਆਪਣਾ ਕਾਰਵਾਂ ਜਿਹੜਾ ਵਾ ਉਹ ਰਵਾਨਾ ਹੋ ਚੁੱਕਿਆ ਵਾ, ਲੇਕਿਨ ਇਹ ਸਾਰੇ ਮਾਮਲਾਤ ਕਿੱਧਰ ਨੂੰ ਜਾਂਦੇ ਹੋਏ ਨਜ਼ਰ ਆ ਰਹੇ ਆ। ਪਾਕਿਸਤਾਨ ਦੀ ਮੌਜੂਦਾ ਹਕੂਮਤ PDM ਜਿਹੜੀ ਆ ਉਹ ਇਸ ਵਕਤ ਖੌਫ ਦਾ ਸ਼ਿਕਾਰ ਹੈ। ਜਿਸ ਤਰ੍ਹਾਂ ਚਾਂਦ ਗ੍ਰਹਿਣ ਲੱਗਣਾ ਸ਼ੁਰੂ ਹੁੰਦਾ, ਇਸੇ ਤਰ੍ਹਾਂ ਹੀ ਇਹ ਜਿਹੜੇ ਮੌਜੂਦਾ ਹਕੂਮਤ ਹੈ ਇਹਨੂੰ ਚਾਂਦ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ। ਜੋ ਫੈਸਲੇ ਹੋਣਗੇ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਗੇ ਕਿ ਪਾਕਿਸਤਾਨ ਦੇ ਜਿਹੜੇ ਅੱਛੇ ਲੋਕ ਆ ਉਹਨਾਂ ਨੇ ਹੁਣ ਕਿਹਾ ਇਹਨਾਂ ਦਾ ਵਤਨ ਬੱਚਿਆਂ ਦਾ ਉਠਾਉਣਾ, ਗੋਦੀ ਚੱਕਣਾ ਇਹਨਾਂ ਨੂੰ, ਜਾਂ ਇਹਨਾਂ ਨੂੰ ਹੁਣ ਉਤਾਰਨਾ। ਇਮਰਾਨ ਖਾਨ ਸਾਹਿਬ ਦੇ ਕੇਸ ਜਿਹੜੀ ਆ ਉਹਦੇ ਮੁਤਾਬਿਕ ਜਿਹੜੀ ਮੈਂ ਤੁਹਾਨੂੰ ਰਿਪੋਰਟ ਦੇ ਦਿੰਦਾ ਕਿ ਮੁਖਤਸਰ ਜਿਹੀ ਇਮਰਾਨ ਖਾਨ ਸਾਹਿਬ ਦੀ ਜਿਹੜੀ ਲੀਗਲ ਟੀਮ ਹੈ ਉਹਨੇ ਆ ਜਿਹੜਾ ਨਵਾਂ ਕਾਨੂੰਨ ਜਿਹੜਾ ਪਾਸ ਹੋਇਆ ਜਿਹਦੇ ਤਹਿਤ ਹੁਣ 1100 ਅਰਬ ਰੁਪਇਆ ਪਾਕਿਸਤਾਨ ਦਾ ਡਕਾਰ ਮਾਰਿਆ ਗਿਆ, ਔਰ ਉਹ ਕਾਨੂੰਨ ਬਣ ਗਿਆ ਕਿ ਨੈਬ ਜਿਹੜੀ ਆ ਉਹ ਤਕਰੀਬਨ ਇੱਕ ਕਿਸਮ ਦਾ ਨੈਬ ਦਾ ਅਦਾਰਾ ਖਤਮ ਹੋ ਚੁੱਕਿਆ। ਹੁਣ ਕੋਈ ਨਵਾਂ ਜਿਹੜਾ ਅਦਾਰਾ ਜਿਹੜਾ ਉਹਨੂੰ ਕਾਇਮ ਕੀਤਾ ਜਾਵੇ, ਤਾਂ ਕਿ ਉੱਥੇ ਕੱਲ੍ਹ ਇਮਰਾਨ ਖਾਨ ਸਾਹਿਬ ਨੇ ਕਿਹਾ ਕਿ ਬਰਤਾਨੀਆ ਔਰ ਦੀਗਰ ਮੁਮਾਲਕ ਦੇ ਅੰਦਰ ਜਿਸ ਤਰ੍ਹਾਂ ਨੈਬ ਆ ਇਹਦੇ ਉੱਪਰ ਇੱਕ ਅਦਾਰਾ ਮਜ਼ੀਦ ਅੱਛਾ ਦੇਦਾ ਸੀ, ਉਹ ਹੈ ਜਿਹੜਾ ਵਾਈਟ ਕਲਰ ਕ੍ਰਾਈਮ ਦੇ ਉੱਤੇ ਕੰਮ ਕਰਦਾ, ਬੜੇ ਸੋਫੈਸਟੀਕੇਟਡ ਤਰੀਕੇ ਨਾਲ ਉਹਦੀ ਟ੍ਰੇਨਿੰਗ ਕੀਤੀ ਜਾਂਦੀ ਹੈ। ਟ੍ਰੇਨਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਨੈਬ ਆ ਇਹਦੇ ਉੱਤੇ ਇੱਕ ਜਿਹੜਾ ਅਦਾਰਾ ਹੋਰ ਜਿਹੜਾ ਉਹ ਅਪੁਆਇੰਟ ਕੀਤਾ ਜਾਂਦਾ, ਤਾਂ ਕਿ ਇਹ ਲੋਕ ਅਗਰ ਕਰਪਸ਼ਨ ਕਰਨ ਜਾਂ ਗਲਤ ਫੈਸਲੇ ਕਰਨ ਤਾਂ ਫਿਰ ਇਹ ਗ੍ਰਿਫਤ ਜਾਣ। ਇਮਰਾਨ ਖਾਨ ਸਾਹਿਬ ਨੇ ਇੱਕ ਦਾਅਵਾ ਕੀਤਾ ਕਿ ਜਿਹੜੇ ਆ ਨੈਬ ਵਾਲੇ ਸੀ ਇਹਨਾਂ ਦੇ ਮੁਤਾਬਿਕ ਉਹਨਾਂ ਨੇ ਕਿਹਾ ਕਿ ਮੈਂ ਦਾਅਵਾ ਕਰਾਂਗਾ, ਕੇਸ ਕਰਾਂਗਾ, ਤਾਂ ਕਿ ਇਹਨਾਂ ਨੇ ਜਿਹੜੀ ਗਲਤ ਬਿਆਨੀ ਕੀਤੀ ਜਾਂ ਜੋ ਕੁਛ ਕੀਤਾ ਉਹ ਮਾਮਲਾ ਜਿਹੜੇ ਆ ਉਹਨਾਂ ਨੂੰ ਦੇਖਿਆ ਜਾਵੇ, ਔਰ ਆਉਣ ਵਾਲੇ ਲੋਕ ਜਿਹੜੇ ਆ ਉਹ ਸਬਕ ਸਿੱਖਣਗੇ ਕਿਸੇ ਦੇ ਉੱਤੇ ਗਲਤ ਕੇਸ ਨਹੀਂ ਬਣਾਉਣਾ। ਨੈਬ ਤਰਮੀਮੀ ਬਿੱਲ 2024 ਇਹਨੂੰ ਚੈਲੰਜ ਕਰਨ ਦਾ ਫੈਸਲਾ ਕੀਤਾ। ਦੂਸਰਾ ਜਿਹੜਾ ਬਾਨੀ ਚੇਅਰਮੈਨ ਪਾਕਿਸਤਾਨ ਤਹਿਰੀਕ ਇਨਸਾਫ਼ ਇਮਰਾਨ ਖਾਨ ਸਾਹਿਬ ਦੇ ਜਿਹੜੇ ਕੇਸਿਸ ਆ ਅਲ ਕਾਦਰ ਟਰੱਸਟ ਔਰ ਤੋਸ਼ਾਖਾਨਾ ਜਿਹੜਾ 3, 4, 5 ਜਿੰਨਾ ਬਣਾਈ ਜਾਂਦੇ ਜਿਸ ਤਰ੍ਹਾਂ ਉਹ ਜਿਹੜੇ ਆ ਉਹਨਾਂ ਨੂੰ ਹੁਣ ਨਵੇਂ ਜਿਹੜਾ ਕਾਨੂੰਨ ਆ ਉਹਦੇ ਤਹਿਤ ਇਮਰਾਨ ਖਾਨ ਸਾਹਿਬ ਸਮਝੋ ਆਜ਼ਾਦ ਹੋ ਗਏ, ਔਰ ਆਜ਼ਾਦ ਹੋਣ ਤੋਂ ਬਾਅਦ ਹੁਣ ਉਹਨਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ। ਜੋ 9 ਮਈ ਦੇ ਕੇਸਿਸ ਆ ਉਹਨਾਂ 'ਤੇ ਇਮਰਾਨ ਖਾਨ ਸਾਹਿਬ ਜੁਡੀਸ਼ਲ ਆ, ਔਰ ਜੁਡੀਸ਼ਲ ਜੋ ਜਿਹੜਾ ਆਦਮੀ ਹੁੰਦਾ ਉਹਨੂੰ ਜ਼ਮਾਨਤ ਹੋ ਸਕਦੀ ਹੈ, ਔਰ ਇਮਰਾਨ ਖਾਨ ਸਾਹਿਬ ਜਿਹੜੇ ਆ ਵਕਤ ਦਾ ਇੰਤਜ਼ਾਰ ਕਰ ਰਹੇ ਕਿਸ ਵਕਤ ਉਹਨਾਂ ਨੇ ਬਾਹਰ ਆਉਣਾ। ਇਹ ਉਹਨਾਂ ਨੂੰ ਪਤਾ ਕਿ ਮੈਂ ਜਿਸ ਵੇਲੇ ਬਾਹਰ ਆਉਣਾ ਉਹਨਾਂ ਨੇ ਬਾਹਰ ਆ ਜਾਣਾ, ਮੁਲਕ ਦੇ ਮਫਾਦਾਤ ਦੀ ਖਾਤਰ, ਮੁਲਕ ਦੀ ਬਿਹਤਰੀ ਦੀ ਖਾਤਰ ਇਹ ਫੈਸਲਾ ਕੀਤਾ ਜਾਏਗਾ ਕਿ ਇਮਰਾਨ ਖਾਨ ਸਾਹਿਬ ਜਿਹੜੇ ਆ ਉਹਨਾਂ ਦੇ ਉੱਤੇ ਜਿਹੜੇ ਨਜਾਇਜ਼ ਕੇਸਿਸ ਆ ਉਹਨਾਂ ਨੂੰ ਖਤਮ ਕੀਤਾ ਜਾਵੇ। ਜਿਹੜੇ ਲੋਕ ਅੱਛੇ ਲੋਕ ਆ ਉਹ ਪਾਕਿਸਤਾਨ ਦੀ ਹਿਫਾਜ਼ਤ ਕਰਨਾ ਜਾਣਦੇ ਆ, ਪਾਕਿਸਤਾਨ ਨੂੰ ਬਚਾਉਣਾ ਜਾਣਦੇ ਆ, ਉਹ ਕੋ ਅੱਛਾ ਫੈਸਲਾ ਕਰਨਗੇ। ਉਮੀਦ ਆ ਆ ਜਿਹੜਾ ਗੁਜ਼ਸ਼ਤਾ ਅਜਲਾਸ ਹੋਇਆ ਇਹਦੇ 'ਚ ਉਹਨਾਂ ਨੇ ਕੋਈ ਫੈਸਲਾ ਕੀਤਾ ਵਾ, ਜਿਹਦੀ ਵਜ੍ਹਾ ਨਾਲ 3 ਜਮਾਤਾਂ ਵਾ ਨੂਨ, ਪੀਪਲ ਪਾਰਟੀ ਔਰ MQM ਇਹ ਪਰੇਸ਼ਾਨ ਆ। ਇੱਕ ਬਿੱਲ ਜਿਹੜਾ ਉਹ ਜਿਹੜਾ ਐਕਸਟੈਂਸ਼ਨ ਵਾਲਾ ਉਹਦੇ ਮੁਤਾਬਿਕ ਹੁਣ ਕੀ ਫੈਸਲਾ ਹੋਣਾ, ਉਹਦੇ ਮੁਤਾਬਿਕ ਪੀਪਲ ਪਾਰਟੀ ਨੇ ਆਪਣੇ ਨੂਨ ਲੀਗ ਨੇ ਆਪਣੇ MQM ਨੇ ਆਪਣੇ ਬੰਦਿਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਦੁਨੀਆ ਦੇ ਕਿਸੇ ਕੋਨੇ 'ਤੇ ਫੌਰਨ ਤੌਰ 'ਤੇ ਇੱਥੇ ਪਾਕਿਸਤਾਨ ਪਹੁੰਚੇ, ਅਹਿਮ ਬਿੱਲ ਜਿਹੜਾ ਉਹਦੇ 'ਤੇ ਡਿਸਕਸ ਕਰਨੀ ਆ। ਇਹ ਹੁਣ ਕਿਆ ਐਕਸਟੈਂਸ਼ਨ ਚੱਲਦੀ ਆ ਜਾਂ ਨਹੀਂ ਚੱਲਦੀ, ਉਹ ਤੋਂ ਬਾਅਦ ਜਿਹੜੀ ਸੂਰਤ ਹਾਲ
ਅਦਾਲਤੀ ਤੌਰ 'ਤੇ ਪੈਦਾ ਹੋਏਗੀ ਉਹ ਤੁਹਾਡੇ ਸਾਹਮਣੇ ਆਏਗੀ। ਦੂਸਰਾ ਮੌਜੂਦ ਅਦਲੀਅਤ ਦੀ ਤਰਫੋਂ ਇਮਰਾਨ ਖਾਨ ਸਾਹਿਬ ਨੂੰ ਜਿਹੜਾ ਇੱਕ ਬੜਾ ਰਿਲੀਫ ਮਿਲਿਆ, ਜਿਹੜਾ ਇਮਰਾਨ ਖਾਨ ਸਾਹਿਬ ਦੇ ਵਕਲਾ ਨੂੰ ਗੇਟਾਂ 'ਤੇ ਰੋਕ ਦਿੱਤਾ ਜਾਂਦਾ ਸੀ, 2-2 ਕਿਲੋਮੀਟਰ ਪੈਦਲ ਚਲਾਇਆ ਜਾਂਦਾ ਸੀ, ਅਲੀਮਾ ਖਾਨ ਜਾਂ ਇਹਨਾਂ ਦੀ ਫੈਮਿਲੀ ਦੇ ਲੋਕਾਂ ਨੂੰ 2-2 ਕਿਲੋਮੀਟਰ ਪੈਦਲ ਚਲਾਇਆ ਜਾਂਦਾ ਸੀ, ਧੁੱਪ ਦੇ ਵਿੱਚ ਗਰਮੀ ਦੇ ਵਿੱਚ ਖੜ੍ਹਾ ਕੀਤਾ ਜਾਂਦਾ ਸੀ। ਉਹ ਜਨਾਬ ਜਸਟਿਸ ਸਰਦਾਰ ਆਜ਼ਾਦ ਇਸਾਕ ਸਾਹਿਬ ਜਿਹੜੇ ਆ ਉਹਨਾਂ ਨੇ ਕੱਲ੍ਹ ਉਹਦੀ ਮਤਲਬ ਜਿਹੜੀ ਹੇਅਰਿੰਗ ਕੀਤੀ ਔਰ ਇੱਕ ਜਿਹੜਾ ਆਰਡਰ ਜਾਰੀ ਕੀਤਾ, ਉਹਦੇ ਤਹਿਤ ਉਹਨਾਂ ਨੇ 3 ਲੋਕ ਜਿਹੜੇ ਆ ਵਕਲਾ ਉਹਨਾਂ ਨੂੰ ਅਪੁਆਇੰਟ ਕਰਤਾ, ਜਿਨ੍ਹਾਂ ਦੇ ਜਾਣ ਆਉਣ ਦਾ ਖਰਚਾ ਜਿਹੜਾ ਪਾਕਿਸਤਾਨ ਤਹਿਰੀਕ ਇਨਸਾਫ ਦੇਵੇਗੀ ਔਰ ਉਹ ਕਮਿਸ਼ਨ ਜਿਹੜਾ ਰਿਪੋਰਟ ਕਰੇਗਾ ਜਨਾਬ ਜਸਟਿਸ ਸਰਦਾਰ ਆਜ਼ਾਦ ਇਸਾਕ ਸਾਹਿਬ ਨੂੰ ਜਿਹੜਾ ਉਹ ਰਿਪੋਰਟ ਕਰੇਗਾ। ਉਹਨਾਂ ਨੇ ਕਿਹਾ ਸੀ ਕਿ ਅਗਰ ਤੁਸੀਂ ਆਪਣੀ ਰਵਸ਼ ਨਾ ਬਦਲੀ ਤਾਂ ਇਹ ਜਿਹੜਾ ਕੇਸ ਆ ਮੈਂ ਜੋ ਇਮਰਾਨ ਖਾਨ ਸਾਹਿਬ ਦਾ ਉੱਥੇ ਕੇਸ ਚੱਲ ਰਿਹਾ ਇਹ ਕਿਸੇ ਵੀ ਜਗ੍ਹਾ 'ਤੇ ਦੂਸਰੀ ਜਗ੍ਹਾ 'ਤੇ ਮੁੰਤਕਲ ਕਰ ਦਾਂਗਾ, ਯਾਨੀ ਇਸਲਾਮਾਬਾਦ ਹਾਈ ਕੋਰਟ ਦੇ ਅੰਦਰ ਮੰਗਵਾ ਲੈਣਗੇ ਜਾਂ ਉਹ ਆਪਣੇ ਕੋਲ ਮੰਗਵਾ ਲੈਣਗੇ। ਔਰ ਉਸ ਤੋਂ ਇਲਾਵਾ ਜਿਹੜੀ ਇੱਥੇ ਸਭ ਤੋਂ ਬੜੀ ਗੱਲ ਆ ਕਿ ਹੁਣ ਇਹ ਕੇਸ ਦੇ ਮਤਲਬ ਜੋ ਵੀ ਆਰਡਰ ਕਰਨਾ ਉਹ ਉਹਨਾਂ ਨੇ ਕਰਨਾ, ਕੋਈ ਹੋਰ ਜੱਜ ਸਾਹਿਬ ਜਿਹੜੇ ਆ ਇਸ ਕੇਸ ਦੇ ਮਤਲਬ ਆਰਡਰ ਨਹੀਂ ਕਰ ਸਕਦੇ ਕਿ ਇਹਨੂੰ ਦਬਾ ਲਿਆ ਜਾਵੇ ਜਾਂ ਲੇਟ ਕਰ ਲਿਆ ਜਾਵੇ। 3 ਵਕਲਾ ਦੀ ਟੀਮ ਜਿਹੜੀ ਆ ਮੁਕਰਰ ਕਰਤੀ ਆ, ਉਹ 3ੋਂ ਵੀ ਜਾ ਸਕਦੇ ਆ, ਉਹ ਇੱਕ ਜਿਹੜਾ ਆਦਮੀ ਉਹਦੇ ਵਾਸਤੇ ਮਸਟ ਆ ਕਿ ਜਿਸ ਵਕਤ ਹੇਅਰਿੰਗ ਹੋਣੀ ਆ ਇਮਰਾਨ ਖਾਨ ਸਾਹਿਬ ਦੀ ਉੱਥੇ ਉਹਨਾਂ ਨੇ ਮੌਜੂਦ ਹੋਣਾ ਵਾ। ਜਿਤਨੇ ਵਕਲਾ ਇਮਰਾਨ ਖਾਨ ਸਾਹਿਬ ਦੇ 36 ਆ ਜਾਂ 35 ਆ ਜਾਂ 36 ਆ ਉਹ ਸਾਰੇ ਜਾ ਸਕਦੇ ਆ। ਜਿਹੜੀ ਮੁਲਾਕਾਤ ਦਾ ਸ਼ਡਿਊਲ ਇਮਰਾਨ ਖਾਨ ਸਾਹਿਬ ਨਾਲ ਤੈਅ ਅਦਾਲਤੀ ਤੌਰ 'ਤੇ ਹੋਇਆ ਹੈ ਉਹਨੂੰ ਮੁਕੰਮਲ ਤੌਰ 'ਤੇ ਮਿਨੋਅਨ ਜਿਹੜਾ ਅਮਲ ਕੀਤਾ ਜਾਏਗਾ। ਜੋ ਉੱਥੇ ਉਹ ਸੈਨਮਾ ਹਾਲ ਜਿਹਦੇ ਮਤਲਬ ਨਈਮ ਪੰਜੋਤਾ ਸਾਹਿਬ ਜਿਹੜੇ ਆ ਉਹਨਾਂ ਨੇ ਦੱਸਿਆ ਸੀ ਕਿ ਇੱਕ ਸੈਨਮਾ ਹਾਲ ਨਵਾਂ ਬਿਲਡ ਹੈਗਾ ਜਿਹਦੇ 'ਚ ਇਮਰਾਨ ਖਾਨ ਸਾਹਿਬ ਦਾ ਟ੍ਰਾਇਲ ਕੀਤਾ ਜਾਂਦਾ ਵਾ ਅਤੇ ਉੱਥੇ ਫਿਲਮਾਂ ਦਿਖਾਈਆਂ ਜਾਂਦੀਆਂ, ਤਾਂ ਉਹ 'ਤੇ ਜਨਾਬ ਜਸਟਿਸ ਇਜਾਜ਼ ਇਸਾਕ ਸਾਹਿਬ ਜਿਹੜੇ ਆ ਉਹਨਾਂ ਨੇ ਫਰਮਾਇਆ ਕਿ ਫਿਲਮ ਤਾਂ ਪਾਕਿਸਤਾਨ 'ਚ 77 ਸਾਲ ਤੋਂ ਚੱਲਦੀ ਪਈ ਆ, ਤੁਹਾਨੂੰ ਹੁਣ ਪਤਾ ਲੱਗਾ ਇਹ ਸਾਲ 2 ਸਾਲ ਦੇ ਜਦੋਂ ਤੁਹਾਨੂੰ ਕੁੱਟ ਪੈਣ ਲੱਗੀ ਆ ਉਦੋਂ ਦਾ ਤੁਹਾਨੂੰ ਪਤਾ ਲੱਗਾ। ਅਦਾਲਤੀ ਰਿਲੀਫ ਮਿਲਿਆ ਪਾਕਿਸਤਾਨ ਤਹਿਰੀਕ ਇਨਸਾਫ ਦੇ ਬਾਨੀ ਚੇਅਰਮੈਨ ਇਮਰਾਨ ਖਾਨ ਸਾਹਿਬ ਨੂੰ। ਬਾਕੀ ਇਮਰਾਨ ਖਾਨ ਸਾਹਿਬ ਹੁਣ ਆਉਣ ਵਾਲੇ ਦਿਨਾਂ 'ਚ ਕਿਸ ਤਰੀਕੇ ਨਾਲ ਆਪਣੀ ਜਿਹੜੀ ਆ ਹਿਕਮਤ ਅਮਲੀ ਅਖਤਿਆਰ ਕਰਦੇ ਆ, ਅੱਜ ਦਾ ਜਲਸਾ ਬੜਾ ਅਹਿਮ। ਇਹਦੇ ਨਾਲ ਨਾਲ ਹੁਣ ਮੈਂ ਗੱਲ ਨੂੰ ਜ਼ਰਾ ਵਾਈਂਡ ਅਪ ਕਰਦਾ, ਜ਼ਿਆਦਾ ਲੰਬੀ ਹੋ ਜਾਣੀ ਆ, ਖਬਰਾਂ ਹੋਰ ਵੀ ਆ, ਦੂਸਰੀ ਵੀਡੀਓ 'ਚ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਪਾਰਟੀ ਨਵੀਂ ਬਣੀ ਪਾਕਿਸਤਾਨ ਦੇ ਅੰਦਰ ਜਿੰਨਾ ਮੋਹਤਰਮ ਖਾਕਾਨ ਅਬਾਸੀ ਸਾਹਿਬ ਦੀ, ਉਹ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਇਹਨਾਂ ਦੇ ਹਾਲਾਤ ਆ ਇਸ ਵਕਤ ਦੇਖੇ ਜਾਣ ਅਤੇ ਆਉਣ ਵਾਲੇ ਵਕਤ ਦੇ ਵਿੱਚ ਪਾਕਿਸਤਾਨ ਮੁਸਲਿਮ ਲੀਗ ਜੋ ਇਸ ਵਕਤ ਹਾਲਾਤ ਉਹ ਵਾਕਿਆ ਪਾਕਿਸਤਾਨ ਮੁਸਲਿਮ ਲੀਗ ਦੇ ਪੰਜਾਬ ਦੇ ਅੰਦਰ ਚੱਲ ਰਹੇ ਹਕੂਮਤ ਹੋਣ ਦੇ ਬਾਵਜੂਦ ਹਕੂਮਤ ਨਹੀਂ ਹੈਗੀ, ਹਕੂਮਤ ਹੋਣ ਦੇ ਬਾਵਜੂਦ ਆਵਾਮ ਨੂੰ ਰਿਲੀਫ ਨਹੀਂ ਦੇ ਸਕੇ, ਹਕੂਮਤ ਹੋਣ ਦੇ ਬਾਵਜੂਦ ਪਾਕਿਸਤਾਨ ਦੀ ਕੌਮ ਨਾਲ ਕੀਤੇ ਹੋਏ ਵਾਅਦੇ ਪੂਰੇ ਨਾ ਕਰ ਸਕੇ, ਹਕੂਮਤ ਹੋਣ ਦੇ ਬਾਵਜੂਦ ਪਾਕਿਸਤਾਨ ਨੂੰ ਜਿਹੜਾ ਤਰੱਕੀ ਦੀ ਇਸ਼ਾਰਾ 'ਤੇ ਨਹੀਂ ਲਿਜਾ ਸਕੇ 28-30 ਮਹੀਨਿਆਂ ਦੇ ਅੰਦਰ, ਹਕੂਮਤ ਹੋਣ ਦੇ ਬਾਵਜੂਦ ਖਾਰਜੀ ਮਹਾਜ਼ 'ਤੇ ਨਾਕਾਮੀ ਹੋਈ, ਹਕੂਮਤ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਜਿਹੜੇ ਦੋਸਤ ਮਮਾਲਕ ਆ ਉਹਨਾਂ ਦੀ ਉਹਨਾਂ ਨੂੰ ਰਾਜ਼ੀ ਨਾ ਕਰ ਸਕੇ, ਹਕੂਮਤ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਅੰਦਰ ਜਿਹੜਾ ਮੁਆਸ਼ੀ ਪੈਕੇਜ ਜਿਹੜੇ ਲਿਆਉਣਾ ਚਾਹੁੰਦੇ ਸੀ ਉਹ ਨਾ ਲਿਆ ਸਕੇ, ਹਕੂਮਤ ਹੋਣ ਦੇ ਬਾਵਜੂਦ ਜਿਹੜੇ ਅਦਾਰੇ ਆ ਉਹਨਾਂ ਨੂੰ ਤਰੱਕੀ ਨਹੀਂ ਦੇ ਸਕੇ, ਅਦਾਰੇ ਜਿਹੜੇ ਆ ਉਹਨਾਂ ਦੀ ਨਿੱਜਕਾਰੀ ਵੱਲ ਜਾ ਰਹੇ ਆ ਔਰ ਜਿਹੜਾ ਰਿਲੀਫ ਦੇਣ ਦੀ ਕੋਸ਼ਿਸ਼ ਕਰਦੇ ਉਹ 'ਤੇ IMF ਜਿਹੜੀ ਆ ਉਹ ਆਪਣੀ ਕਦਗਨ ਲਗਾ ਲੈਂਦੀ ਆ। ਜਿਸ ਤਰ੍ਹਾਂ ਜਿਹੜਾ ਨਵਾਜ਼ ਸ਼ਰੀਫ ਸਾਹਿਬ ਨੇ ਔਰ ਮਰੀਅਮ ਨਵਾਜ਼ ਸਾਹਿਬ ਨੇ ਜਿਹੜਾ ਰਿਲੀਫ ਦੇਣ ਦੀ ਕੋਸ਼ਿਸ਼ ਕੀਤੀ ਆ ਉਹਦੇ 'ਤੇ ਜਿਹੜਾ ਵਾ IMF ਨੇ ਸਖਤ ਇਤਰਾਜ਼ ਕੀਤਾ ਕਿ ਕੋਈ ਵੀ ਸੂਬਾ ਜਿਹੜਾ ਉਹ ਆਵਾਮ ਨੂੰ ਰਿਲੀਫ ਨਹੀਂ ਦੇ ਸਕਦਾ ਔਰ ਜੋ ਸਾਡੇ ਨਾਲ ਸ਼ਰਤ ਸ਼ਰਾਇਤ ਤੈਅ ਹੋਈਆਂ ਵਾ ਉਹਦੀ ਵਜ੍ਹਾ ਦੇ ਨਾਲ ਅਸੀਂ ਤੁਹਾਨੂੰ ਰਿਲੀਫ ਨਹੀਂ ਦੇਣ ਦਿਆਂਗੇ। ਉਹਨਾਂ ਨੇ ਜੇ ਆਪਣਾ ਜਿਹੜਾ ਸ਼ਡਿਊਲ ਸੀ ਸਤੰਬਰ ਵਾਲਾ ਉਹਦੇ 'ਚੋਂ ਵੀ ਉਹਨਾਂ ਨੂੰ ਡਿਲੇ ਕਰ ਦਿੱਤਾ, ਅੱਗੇ ਹੁਣ ਉਹ ਕਹਿੰਦੇ ਕਿ ਅਸੀਂ ਰੀਵਿਜ਼ਿਟ ਕਰਾਂਗੇ ਕਿ ਤੁਸੀਂ ਸਾਡੇ ਨਾਲ ਜੋ ਵਾਅਦੇ ਕੀਤੇ ਉਹ ਪੂਰੇ ਕਰੋਗੇ ਅਤੇ ਤਦ ਜਾ ਕੇ ਤੁਹਾਨੂੰ ਜਿਹੜਾ ਅਗਲੀ ਕੋਈ ਕਿਸ਼ਤ ਜਿਹੜੀ ਜਾਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਨਾਲ ਨਾਲ ਉਹਨਾਂ ਨੇ ਡਿਮਾਂਡ ਫਿਰ ਸਿਆਸੀ ਇਸਤਕਾਮ ਦੀ ਰੱਖੀ ਆ ਔਰ ਚਾਈਨਾ ਵੀ ਸਿਆਸੀ ਇਸਤਕਾਮ ਦੀ, ਸਾਊਦੀ ਅਰਬ ਵੀ ਸਿਆਸੀ ਇਸਤਕਾਮ ਦੀ ਜਿਹੜੀ ਆ ਡਿਮਾਂਡ ਰੱਖ ਰਿਹਾ, ਕਿਆ ਪਾਕਿਸਤਾਨ ਨੂੰ ਉਸ ਤਰਫ ਨੂੰ ਲਿਜਾਇਆ ਜਾਏਗਾ ਜਾਂ ਜਿਸ ਤਰ੍ਹਾਂ ਸਾਊਦੀ ਅਰਬ ਨੇ ਕਿਹਾ ਕਿ ਆਪਣਾ ਸੋਨੇ ਦਾ ਪਹਾੜ ਜਿਹੜਾ ਉਹ ਮੈਨੂੰ ਦੇ ਦਿਓ ਤਾਂ ਮੈਂ ਤੁਹਾਡਾ ਕੁਛ ਜਿਹੜਾ ਦਾਲ ਦਲੀਆ ਚਲਾ ਦਿਆਂਗਾ, ਕਿਆ ਉਸ ਤਰਫ ਜਾਇਆ ਜਾਏਗਾ ਇਹ ਆਉਣ ਵਾਲਾ ਵਕਤ ਤੁਹਾਨੂੰ ਦੱਸੇਗਾ। ਲੇਕਿਨ
ਖਾਕਾਨ ਅਬਾਸੀ ਸਾਹਿਬ ਦੀ ਜਮਾਤ ਔਰ ਚੌਧਰੀ ਨਸਾਰ ਅਲੀ ਖਾਨ ਸਾਹਿਬ, ਇਸੇ ਤਰ੍ਹਾਂ ਬਹੁਤ ਸਾਰੇ ਲੋਕ ਪਾਕਿਸਤਾਨ ਮੁਸਲਿਮ ਲੀਗ ਦੇ ਆਪਣਾ ਆਉਣ ਵਾਲਾ ਮੁਸਤਕਬਲ ਦੇਖ ਕੇ ਕਿ ਜੋ ਹਾਲਾਤ ਇਸ ਵਕਤ ਆਵਾਮ ਦੇ ਅੰਦਰ ਇਹਨਾਂ ਦੇ ਆ, ਉਹਨਾਂ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਕਿਸਤਾਨ ਮੁਸਲਿਮ ਲੀਗ ਗੋ ਇਸ ਵਕਤ ਹਕੂਮਤੀ ਮਜ਼ੇ ਉਹ ਜ਼ਰੂਰ ਲੈ ਰਹੇ ਲੋਕ, ਲੇਕਿਨ ਬਹੁਤ ਸਾਰੇ ਲੋਕ ਜਿਹੜੇ ਆ ਖਾਮੋਸ਼ ਆ ਔਰ ਉਸ ਤੋਂ ਬਾਅਦ ਉਹ ਉਡਾਰੀ ਮਾਰ ਜਾਣਗੇ। ਸ਼ਾਹਿਦ ਖਾਕਾਨ ਅਬਾਸੀ ਸਾਹਿਬ ਦੀ ਜਮਾਤ ਵੱਲ ਉਡਾਰੀ ਮਾਰ ਜਾਣਗੇ। ਉਡਾਰੀ ਮਾਰਨ ਤੋਂ ਬਾਅਦ ਇੱਕ ਨਵੀਂ ਜਮਾਤ ਜਿਹੜੀ ਆ ਉਹ ਮਰਦ ਵਜੂਦ 'ਚ ਆਏਗੀ। ਉਹਦੇ ਵਿੱਚ MTM ਦੇ ਵੀ ਲੋਕ ਹੋਣਗੇ, ਉਹਦੇ 'ਚ ਕਾਫ ਲੀਗ ਦੇ ਵੀ ਲੋਕ ਹੋਣਗੇ, ਉਹਦੇ 'ਚ ਦੀਗਰ ਲੋਕ ਹੋਣਗੇ, ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਆ ਔਰ ਰੈੱਡ ਲਾਈਨ ਛੱਡ ਕੇ ਗਏ ਆ, ਖਾਨ ਸਾਹਿਬ ਨੂੰ ਛੱਡ, ਰੈੱਡ ਲਾਈਨ ਵਾਲੇ ਜਿਹੜੇ ਖਾਨ ਸਾਹਿਬ ਨੂੰ ਛੱਡ ਕੇ ਕਿਸ਼ਤੀ 'ਚੋਂ ਪਹਿਲੇ ਛਲਾਂਗ ਮਾਰ ਕੇ ਚਲੇ ਗਏ ਸੀ, ਉਹ ਮੇਰੇ ਮੁਰਸ਼ਦ ਸਰਕਾਰ, ਸਰਕਾਰ ਉਸਮਾਨ ਬਜ਼ਦਾਰ ਸਾਹਿਬ, ਜਿਨ੍ਹਾਂ ਦੇ ਘਰ ਨਾ ਬਿਜਲੀ ਬਲਦੀ, ਨਾ ਦੀਵਾ ਬਲਦਾ, ਨਾ ਪਾਣੀ ਪੀਣ ਨੂੰ, ਉਹ ਇਮਰਾਨ ਖਾਨ ਸਾਹਿਬ ਬੜੀ ਉਹਨਾਂ ਦੀ ਵਕਾਲਤ ਕਰਦੇ ਰਹੇ ਕਿ ਇੱਥੋਂ ਯਤੀਮ ਸਿਆਸੀ ਤੌਰ 'ਤੇ ਯਤੀਮ ਜਿਹੜਾ ਕੋਈ ਬੰਦਾ ਜਾਂ ਗਰੀਬ ਮੁਫਲਸ ਜਿਹੜਾ ਉਹ ਤੁਹਾਨੂੰ ਸਿਆਸਤਦਾਨ ਪਾਕਿਸਤਾਨ ਦੀ ਹਿਸਟਰੀ 'ਚ ਨਜ਼ਰ ਨਹੀਂ ਆਏਗਾ। ਲੇਕਿਨ ਉਹ ਫਿਰ ਖਾਨ ਸਾਹਿਬ ਨੂੰ ਪਤਾ ਲੱਗਾ ਕਿ ਬਾਅਦ 'ਚ ਕਿ ਉਹ ਕਿਸ਼ਤੀ 'ਚੋਂ ਛਾਲ ਮਾਰਨ ਵਾਲਿਆਂ 'ਚ ਉਹ ਵੀ ਸ਼ਾਮਿਲ ਰਿਹਾ। ਉਹਨਾਂ ਲੋਕਾਂ 'ਚ ਵੀ ਕੁਛ ਲੋਕ ਜਿਹੜੇ ਰੀਜ਼ਨੇਬਲ ਆ ਉਹ ਖਾਕਾਨ ਅਬਾਸੀ ਸਾਹਿਬ ਦੀ ਜਮਾਤ ਵੱਲ ਜਾਣਗੇ। ਮੁਸਤਫਾ ਨਵਾਜ਼ ਖੋਖਰ ਸਾਹਿਬ ਹੋ ਗਏ, ਮਿਸਾ ਇਸਮਾਇਲ ਸਾਹਿਬ ਹੋ ਗਿਆ, ਜ਼ੁਬੈਰ ਉਮਰ ਸਾਹਿਬ ਜਿਹੜਾ ਉਹ ਵੀ ਸ਼ਾਇਦ ਇੱਧਰੋਂ ਜਿਹੜੇ ਕਿਉਂ ਇਹਨਾਂ ਦੇ ਤਲਕਾਤ ਖਰਾਬ ਉਹ ਵੀ ਉੱਧਰ ਚਲੇ ਜਾਣਗੇ। ਬੜੇ ਬੜੇ ਲੋਕ ਜਿਹੜੇ ਆ ਉਹ ਦੂਸਰੀਆਂ ਜਮਾਤਾਂ 'ਚੋਂ, ਜਿਸ 'ਚੋਂ ਪੀਪਲ ਪਾਰਟੀ ਪੰਜਾਬ ਸਪੈਸ਼ਲੀ ਉਹਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਮੂਵ ਕਰਨਗੇ ਉੱਧਰ ਨੂੰ, ਖਾਕਾਨ ਅਬਾਸੀ ਸਾਹਿਬ ਦੀ ਜਮਾਤ ਵੱਲ ਨੂੰ। ਔਰ ਇੱਕ ਬੜੀ ਤਾਕਤਵਰ ਜਮਾਤ ਜਿੱਧਰ ਹੁਣ ਚੌਧਰੀ ਨਸਾਰ, ਖਾਕਾਨ ਅਬਾਸੀ ਸਾਹਿਬ ਵਰਗੇ ਲੋਕ ਹੋਣਗੇ, ਔਰ ਉਸ ਤੋਂ ਬਾਅਦ ਕੁਛ ਇਸੇ ਤਰ੍ਹਾਂ ਦੇ ਇਲੈਕਟੇਬਲ ਜਿਹੜੇ ਆ ਹੋਰ ਵੀ ਹੋਣਗੇ। ਉਹ ਆਉਣ ਵਾਲੇ ਵਕਤ 'ਚ ਬਹੁਤ ਬੜਾ ਡੈਂਟ ਪਾਕਿਸਤਾਨ ਦੀ ਜਿਹੜੀ ਨੂਨ ਲੀਗ ਆ, ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੂੰ ਪੰਜਾਬ 'ਚ ਪਾਉਣਗੇ, ਪਾਕਿਸਤਾਨ ਪੀਪਲ ਪਾਰਟੀ ਨੂੰ ਸਿੰਧ ਦੇ ਅੰਦਰ ਪਾਉਣਗੇ। ਮੌਲਾਨਾ ਫਜ਼ਲ ਰਹਿਮਾਨ ਸਾਹਿਬ ਦੇ ਮਤਲਬ ਕਿ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਜਿੰਨੇ ਉਹਨਾਂ ਦੇ ਹੈਗੇ MNA ਇਸ ਵਕਤ ਕੌਮੀ ਅਸੈਂਬਲੀ ਦੇ ਅੰਦਰ ਆ, ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਜਨਾਬ ਤੁਸੀਂ ਆ ਜਿਹੜਾ ਤਰਮੀਮੀ ਬਿੱਲ ਆ, ਜਿਹੜਾ ਟੈਨਸ਼ਨ ਐਕਸਟੈਂਸ਼ਨ ਵਾਲਾ ਬਿੱਲ ਆ, ਇਹਦੇ 'ਤੇ ਜਾਂ ਜੋ ਵੀ ਉਹਨਾਂ ਨੇ ਜੋ ਬਿੱਲ ਪੇਸ਼ ਕਰਨਾ ਵਾ ਉਸ ਬਿੱਲ ਦੇ ਉੱਤੇ ਸਾਡੀ ਹਮਾਇਤ ਕਰੋ, ਅਤੇ 4 ਵਜ਼ਾਰਤਾਂ ਲੈ ਲਓ, ਗਵਰਨਰ ਬਲੋਚਿਸਤਾਨ ਬਣ ਜਾਓ, ਗਵਰਨਰ KPK ਬਣ ਜਾਓ, ਔਰ ਇਹ ਤੋਂ ਇਲਾਵਾ ਜਿਹੜੀ ਵਜ਼ਾਰਤ 'ਤੇ ਉਂਗਲ ਰੱਖੋਗੇ ਉਹੀ ਤੁਹਾਨੂੰ ਦੇ ਦਿੱਤੀ ਜਾਏਗੀ। ਕਿਆ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਇਹ ਚੰਦ ਦਿਨਾਂ ਦਾ ਸੌਦਾ ਕਰਕੇ ਆਪਣੀ ਸਿਆਸਤ ਨੂੰ ਗੁੱਲ ਕਰਦੇ ਆ, ਜਾਂ ਆਪਣਾ ਮੁਸਤਕਬਲ ਬਚਾਉਂਦੇ ਹੋਏ ਆਉਣ ਵਾਲੇ ਵਕਤ 'ਚ ਇਸ ਚੀਜ਼ ਤੋਂ ਦੂਰ ਰਹਿਣਗੇ? ਇਹ ਸਵਾਲ ਆ। ਬਾਕੀ ਪਾਕਿਸਤਾਨ ਤਹਿਰੀਕੇ ਇਨਸਾਫ ਦਾ ਜਲਸੇ ਦੀ ਸੂਰਤ ਹਾਲ ਜਿਹੜੀ ਅਗਲੀ ਵੀਡੀਓ 'ਚ ਤੁਹਾਡੇ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗਾ। ਅੱਲਾਹ ਤਾਲਾ ਸਭ ਦਾ ਬਹਾਫਜ਼।